ਸਾਰੇ ਕਿਸਾਨ ਵੀਰਾਂ ਨੂੰ ਰਾਮ ਰਾਮ, ਸਤਿ ਸ਼੍ਰੀ ਅਕਾਲ, ਨਮਸਕਾਰ। ਕਿਸਾਨ ਵੀਰੋ, ਜੋ ਆਪਣੀ ਅੱਜ ਦੀ ਵੀਡੀਓ ਲੈ ਕੇ ਆਏ ਹਾਂ ਤੁਹਾਡੇ ਲਈ, ਕਾਫੀ ਮੀਨਿੰਗ ਦਿਨਾਂ ਬਾਅਦ ਵੀਡੀਓ ਬਣਾਈ ਜਾ ਰਹੀ ਆ, ਵੀ ਘਰ ਆਏ ਸੀ ਕਿਸੇ ਕੰਮ ਦੇ ਸਿਲਸਿਲੇ 'ਚ ਕਾਫੀ ਦਿਨਾਂ ਬਾਅਦ, ਅਤੇ ਸਮਾਂ ਹੋ ਗਿਆ ਸਵੇਰ ਦਾ 6 ਵੱਜ ਗਿਆ, ਅਤੇ ਖੇਤਾਂ ਲਾਏ ਸੀ ਜਿੱਦਾਂ ਸਵੇਰੇ ਸੈਰ ਸੂਰ ਕਰਨ, ਫੇਰਾ ਫੂਰਾ ਮਾਰਨ ਗੇੜਾ ਦੇਖ ਲਓ ਜੀ, ਇੱਧਰ ਕਮਾ ਦਾ ਆਪਣਾ ਠੀਕ ਹੈ ਜਿਹੜਾ ਲਾਇਆ ਦਾ, ਇਹ ਜਿਹੜਾ ਉਰੇ ਉਰੇ ਆ ਇਹਨੂੰ ਗੋਡੀ ਪੈ ਗਈ ਆ ਸਾਰੇ ਨੂੰ ਦੇਖ ਲਓ, ਇਹ 38 ਆ ਵੀ 0 38, ਅਤੇ ਉਹ ਤੋਂ ਬਾਅਦ ਉਹ ਅੱਗੇ ਵੀ ਲਾਇਆ ਦਾ ਜਿਹੜਾ ਘਾਹ ਆ ਉਹਨੂੰ ਅਜੇ ਗੋਡੀ ਪੈਣੀ ਆ, ਠੀਕ ਆ। ਅਤੇ ਸਵੇਰੇ ਸਵੇਰੇ ਆਏ ਸੀ ਆਪਾਂ ਗੇੜਾ ਛੇੜਾ ਮਾਰ ਸੈਰ ਸੂਰ ਕਰਨ ਇੱਧਰ, ਅਤੇ ਬਾਕੀ ਉਹ ਸਾਹਮਣੇ ਦੇਖ ਲਓ ਡੈਡੀ ਜੀ ਅਤੇ ਨਾਲ ਤਾਊ ਜੀ ਆਪਣੇ, ਗੋਡੀ ਲੱਗੇ ਦੇ ਆ ਮੀਨਿੰਗ ਪਾਣੀ ਨੂੰ, ਗੋਡੀ ਪੈ ਗਈ ਦੀ ਆ ਥੋੜ੍ਹੀ ਰਹਿ ਗਈ ਦੀ ਆ, ਅਤੇ ਮੈਂ ਆਇਆ ਸੈਰ ਸੂਰ ਕਰਦੇ ਅਤੇ ਡੈਡੀ ਜੀ ਆਏ ਆਪਣੇ ਉਹ ਮੋਟਰਸਾਈਕਲ ਲੱਗਾ ਉਹਦੇ 'ਤੇ, ਅਤੇ ਤਾਊ ਜੀ ਆਏ ਟਰੈਕਟਰ ਲੈ ਕੇ ਮਗਰ। ਅਤੇ ਗੱਲ ਜਿੱਦਾਂ ਹੁਣ ਹੱਲਾਂ ਚਾਹੀਦੀਆਂ, ਅਤੇ ਹੱਲਾਂ ਮੇਰੇ ਖਿਆਲ ਨਾਲ ਇੱਧਰ ਹੈਗੀਆਂ ਨੇ, ਉੱਥੇ ਘਰ ਹੀ ਰਹਿ ਗਈਆਂ ਸ਼ਾਇਦ, ਤਾਊ ਜੀ ਨੇ ਧਿਆਨ ਨਹੀਂ ਦਿੱਤਾ ਵੀ ਇੱਥੇ, ਜਾਂ ਪਹਿਲੇ ਮੈਂ ਵੇਖ ਲੈਂਦਾ ਜੇ ਇੱਥੇ ਤਾਂ ਕਿਤੇ ਖੇਤਾਂ 'ਚ ਖੋਲ੍ਹੀ ਦੀਆਂ ਹੋਈਆਂ ਹੱਲਾਂ ਤਾਂ ਠੀਕ ਆ ਇੱਥੋਂ ਪਾ ਲਾਂਗੇ, ਅਤੇ ਜੇ ਇੱਥੇ ਨਹੀਂ ਹੱਲਾਂ ਲੱਭੀਆਂ ਤਾਂ ਫਿਰ ਘਰ ਜਾਣਾ ਪੈਣਾ ਮੈਨੂੰ ਟਰੈਕਟਰ ਲੈ ਕੇ ਨਾ ਹੁਣ, ਅਤੇ ਘਰੋਂ ਹੱਲਾਂ ਲਿਆਉਣੀਆਂ ਥੋੜ੍ਹੀ ਬਾਣੀ ਬੂਣੀ ਆ ਨੁੱਕਰਾਂ ਨੱਕਰਾਂ ਇਹਦੀਆਂ, ਅਤੇ ਦੇਖਣਾ ਹੁਣ ਮੈਂ ਗੇੜਾ ਛੇੜਾ ਮਾਰ ਕੇ ਜੇ ਤਾਂ ਕਿਤੇ ਇੱਥੇ ਖੋਲ੍ਹੀ ਦੀਆਂ ਹੱਲਾਂ ਲੱਭ ਗਈਆਂ ਠੀਕ ਆ, ਨਹੀਂ ਤਾਂ ਫਿਰ ਘਰ ਜਿੰਨਾ ਟਰੈਕਟਰ ਲੈ ਕੇ ਉੱਥੋਂ ਲੈ ਕੇ ਆਉਂਦਾ। ਬਾਕੀ ਤੁਹਾਨੂੰ ਇੱਧਰ ਵਾਲਾ ਵੀ ਦਿਖਾ ਹੀ ਦਿੰਦੇ ਆਪਾਂ ਸਿਸਟਮ ਕਮਾ ਦਾ, ਜਿਹੜਾ ਵੇਖ ਲਓ ਜਿਹੜਾ ਇਹ ਖੱਤੇ ਆ ਇੱਕ ਦੋ ਪਰੇ ਸੀ ਨਾ ਜਿਹੜਾ ਲਾਇਆ ਦਾ, ਅਤੇ ਇੱਕ ਇੱਧਰ ਆ ਜਿਹੜੇ ਆਏ ਆ ਖੱਤੇ, ਇਹ ਥੋੜ੍ਹੀ ਉਹਦੇ ਨਾਲੋਂ ਲੇਟ ਹੈ, ਅਤੇ ਘਾਹ ਘੂ ਹੈ ਪਾਣੀ ਪੂਣੀ ਵੀ ਲਾ ਤੇ ਦਾ ਸਮਰਸੀਬਲ ਨਾਲ, ਠੀਕ ਹੈ ਜੀ। ਅਤੇ ਆਹ ਵੇਖ ਲਓ ਇਹਨੂੰ ਵੀ ਗੋਡੀ ਪਾ ਦੇਣੀ, ਉਹ ਪੈ ਗਈ ਦੀ ਆ ਥੋੜ੍ਹੀ, ਇਹ ਵੀ ਸੈੱਟ ਹੋ ਜਾਂਦਾ ਕੰਮ। ਅਤੇ ਬਾਕੀ ਉਹ ਸਾਹਮਣੇ ਆ ਜਿਹੜਾ ਉਹ ਦੇਖ ਲਓ, ਉਹ ਬੀ ਰੱਖੇ ਦਾ ਅਜੇ, ਇਹ 3 ਕਨਾਲ ਆਇਆ, ਚੰਗਾ ਆ ਬੀ ਸਾਰਾ ਹੀ, 0.95 ਇਹ ਵੀ ਲਾਉਣਾ ਹੁਣ, ਕਣਕ ਵਢੋਈ ਆ ਨਾ ਜਿੱਦਾਂ, ਪਿਆਲੀ ਪੂਲੀ ਵਾਹ ਕੇ ਅਤੇ ਸੈੱਟ ਕਰ ਦੇਣਾ ਕੰਮ ਵੀ। ਅਤੇ ਉਹ ਤੋਂ ਬਾਅਦ ਇਹ ਆਪਣਾ ਸੋਲਰ ਆ ਇੱਧਰ, ਸੋਲਰ ਵਾਲਾ ਸਮਰਸੀਬਲ ਆ, ਠੀਕ ਹੈ ਜੀ, ਕਾਫੀ ਮੀਨਿੰਗ ਪਾਣੀ ਪੂਣੀ ਚੰਗਾ। ਅਤੇ ਉਸ ਤੋਂ ਬਾਅਦ ਉਹ ਸਾਹਮਣੇ ਦਿਖਾਉਂਦਾ ਤੁਹਾਨੂੰ, ਆਹ ਦੇਖ ਲਓ ਸਾਹਮਣੇ ਵੀ ਇੱਥੇ ਨਾ ਪਹਿਲੇ ਮੋਟਰ ਸੀ ਦੂਜੀ, ਅਤੇ ਹੁਣ ਇਹੋ ਹੀ ਜਿੱਦਾਂ ਕਣਕ ਵਢੋਈ ਹੈ, ਤਾਂ ਇੱਥੇ ਵੀ ਸਮਰਸੀਬਲ ਲਵਾਤਾ ਆ ਜਿਹੜਾ ਸਾਹਮਣੇ ਦੇਖਦੇ ਪਏ ਹੋ ਨਾ ਤੁਸੀਂ, ਇਹ ਵੀ ਸਮਰਸੀਬਲ ਆ ਦੋਨੇ, ਉਹ ਬੱਤੀ ਵਾਲਾ ਸਮਰਸੀਬਲ ਹੋ ਗਿਆ ਠੀਕ ਹੈ ਜੀ, ਅਤੇ ਸੋਲਰ ਵਾਲਾ ਸਮਰਸੀਬਲ ਹੋ ਗਿਆ, ਦੋਨਾਂ ਦੇਖ ਲਓ ਸਿਸਟਮ। ਬਾਕੀ ਇਹ ਇੱਧਰ ਤਵੇ ਪਏ ਦੇ ਆ, ਅਤੇ ਟਿੱਲਰਾਂ ਲੱਭਣੀਆਂ ਆਪਾਂ, ਟਿੱਲਰਾਂ ਕਿਤੇ ਇੱਧਰ ਬਾਕੀ ਇਹ ਦੇਖ ਲਓ, ਜਿਹੜਾ ਇੱਧਰ ਗੰਨਾ ਲਾਇਆ ਦਾ ਸੀ ਆਪਾਂ 3 ਕਨਾਲ ਨਾ, ਇਹ ਜਿਹੜਾ ਬਚੇ ਦਾ ਸਾਹਮਣੇ ਇਹ ਆ 0.38, ਚੰਗਾ ਗੰਨਾ ਲੰਮਾ ਗਿਆ ਦਾ ਸੀ, ਅਤੇ ਇਹ ਸਾਹਮਣੇ ਜਿਹੜਾ ਥੱਲੋਂ ਵੱਢ ਲਿਆ ਦੇਖ ਲਓ ਕਿੰਨਾ ਵਧੀਆ ਪੂੰਗਰੇ ਦਾ, ਜਿਹੜੇ ਭੋਗੇ ਆ ਦੁਬਾਰਾ, ਜਿਹਨੂੰ ਆਪਾਂ ਮੋੜਾ ਵੀ ਕਹਿ ਦਿੰਦੇ ਹਾਂ ਪੰਜਾਬੀ 'ਚ, ਥੋੜ੍ਹੀ ਰੇਤੀਲੀ ਜਗ੍ਹਾ ਰੇਤੇ ਵਾਲੀ ਨਾ ਜਿੱਦਾਂ ਤਸੂ ਟਾਈਪ ਆ। ਅਤੇ ਉਹ ਤੋਂ ਬਾਅਦ ਉਹ ਜਿਹੜਾ ਅੱਗੇ ਆਇਆ ਬਚੇ ਦਾ ਇਹ ਆ ਆਪਣੇ 0.95, ਇਹ ਆ 0.38, ਦੋਨੋਂ ਵਰਾਇਟੀਆਂ। ਅਤੇ ਇਹ ਸਾਫ਼ ਸੁਥਰਾ ਕਰਤੇ ਦਾ, ਪਾਣੀ ਦੇ ਦਿੱਤੇ ਦਾ, ਦੇਖੋ ਪਾਈਪ ਛੱਡੀ ਦੀ ਆ, ਇਹ ਸੋਲਰ ਵੱਲੋਂ ਪਾਈ ਦੀ ਸੀ ਪਾਈਪ ਸਿੱਧੀ ਇੱਧਰ, ਅਤੇ ਇਹ ਚੰਗਾ ਜਾਮਾ ਇਹਦਾ, ਫਿਰ ਦੂਜੀ ਵਾਰੀ ਦਾ ਵੀ ਇਹਨੂੰ ਮੋੜਾ ਕਹਿ ਦਿੰਦੇ ਆ, ਤੁਹਾਡੇ ਪਤਾ ਨਹੀਂ ਕੀ ਕਹਿੰਦੇ ਆ, ਦੂਜੀ ਵਾਰੀ ਜਿਹੜਾ ਉਹਨੂੰ ਮੋੜਾ ਕਹਿ ਦਿੰਦੇ, ਜਿਹੜਾ ਤੀਜੀ ਵਾਰੀ ਆ ਉਹਨੂੰ ਤਰਮੋੜਾ ਕਹਿ ਦਿੰਦੇ ਆ, ਅਤੇ 3 ਵਾਰੀ ਤੱਕ ਹੀ ਜ਼ਿਆਦਾਤਰ ਹੁੰਦਾ, ਜੇ ਕੋਈ ਕਰੇ 4ਵੀਂ ਵਾਰੀ ਨਹੀਂ ਰਹਿੰਦਾ, ਜੇ 4ਵੀਂ ਵਾਰੀ ਹੋਏ ਤਾਂ ਉਹਨੂੰ ਚਰਮੋੜਾ ਕਹਿ ਦਿੰਦੇ ਆ ਸ਼ਾਇਦ, ਠੀਕ ਹੈ ਜੀ। ਅਤੇ ਇੱਧਰ ਆ ਜਿਹੜਾ ਖੇਤ, ਇਹ ਥੱਲੇ ਖੇਤ, ਇੱਧਰ ਵੀ ਸ਼ਾਇਦ ਗੰਨਾ ਹੀ ਲਾਉਣਾ, ਤਾਂ ਉਹ ਵੀ ਥੋੜ੍ਹਾ ਪੱਧਰਾ ਪੁੱਧਰਾ ਕੀਤਾ ਕਰਾਹ ਨਾਲ, ਪਾਣੀ ਪੂਣੀ ਦਿੱਤਾ, ਬੱਤਰ ਆ ਜਾਂਦਾ, ਅਤੇ ਇਹੋ ਹੀ ਖੇਤ ਮੇਰੇ ਖਿਆਲ ਨਾਲ ਲਾਉਣਾ ਹੁਣ ਸਭ ਤੋਂ ਪਹਿਲੇ ਗੰਨਾ, ਕੱਢ ਕੇ ਨਾ ਸਿਆੜ ਵਾਹ ਵੂ ਕੇ 1-2 ਦਿਨ 'ਚ। ਅਤੇ ਬਾਕੀ ਹੱਲਾਂ ਤਾਂ ਮੈਨੂੰ ਕਦੇ ਇੱਧਰ ਲੱਭੀਆਂ ਨਹੀਂ, ਹੁਣ ਚੱਲਦੇ ਹਾਂ ਉੱਧਰ ਟਰੈਕਟਰ 'ਤੇ ਲੱਗ ਗਈ, ਅਤੇ ਟਰੈਕਟਰ ਨੂੰ ਮਾਰਨੇ ਸਲਫ 'ਤੇ ਚੱਲਦੇ ਹਾਂ, ਘਰ ਵਾਲੀ ਸਾਈਡ ਦੂਜੇ ਜਿਹੜੇ ਸੜਕ 'ਤੇ ਖੇਤ ਆ ਉੱਧਰ ਵੇਖ ਵੂ ਲੈਂਦੇ ਹਾਂ, ਕਿਤੇ ਉੱਧਰ ਨਾ ਛੱਡੀ ਦੀਆਂ ਹੁਣ ਹੱਲਾਂ ਰਹਿ ਗਈ ਦੀਆਂ ਹੁਣ, ਠੀਕ ਹੈ ਜੀ। ਅਤੇ ਇਹ ਆ ਸਾਰਾ
95 ਵੀ ਅਤੇ ਬਾਕੀ ਇਹ ਨਾ ਸੋਚਿਓ ਵੀ ਹੁਣ ਜਿੱਦਾਂ ਵੀਡੀਓ ਥੋੜ੍ਹੀ ਲੇਟ ਆਉਂਦੀਆਂ ਵੀ ਬਾਈ ਨੇ ਵੀਡੀਓ ਪਾਉਣੀਆਂ ਬੰਦ ਕਰ ਦੇਣੀਆਂ ਜਾਂ ਕਿੱਦਾਂ ਵੀ ਚੈਨਲ ਬੰਦ ਹੋ ਜਾਏਗਾ, ਇੱਦਾਂ ਦਾ ਕੋਈ ਚੱਕਰ ਨਹੀਂ, ਵੀਡੀਓ ਪਾਵਾਂਗੇ ਨਵੇਂ ਤੋਂ ਨਵੇਂ ਟਰੈਕਟਰਾਂ ਦੀਆਂ। ਬਸ ਥੋੜ੍ਹੇ ਟਾਈਮ ਦਾ ਆ ਅੱਗਾ ਪਿੱਛਾ ਨਾ, ਵੀ ਟਾਈਮ ਦਾ ਨਹੀਂ, ਐਡਜਸਟਮੈਂਟ ਪੈ ਜੇ ਬੈਂਡ ਹੀ ਥੋੜ੍ਹੇ ਟਾਈਮ ਤੱਕ ਬਹਿ ਜਾਏਗੀ, ਫਿਰ ਕੋਸ਼ਿਸ਼ ਕਰਾਂਗੇ ਵੀ ਬਹੁਤੀਆਂ ਜ਼ਿਆਦਾ ਨਹੀਂ ਪਰ ਹਫ਼ਤੇ 'ਚ ਇੱਕ ਅੱਧੀ ਵੀਡੀਓ ਪਾ ਦਿਆਂ ਕਰਾਂਗੇ ਤੁਹਾਡੇ ਲਈ, ਠੀਕ ਹੈ ਜੀ। ਹੁਣ ਦੇਖਦੇ ਹੋ ਤੁਸੀਂ ਕਾਫ਼ੀ ਟਾਈਮ ਬਾਅਦ ਵੀਡੀਓ ਆਉਂਦੀਆਂ, ਜਿਹੜੀ ਕੁਆਂਟਿਟੀ ਆ ਵੀਡੀਓ ਦੀ ਅੱਗੇ ਨਾਲ ਕਾਫ਼ੀ ਘੱਟ ਗਈ ਹੈ, ਨਹੀਂ ਤਾਂ ਕਿ ਡੇਲੀ ਵੀਡੀਓ ਇੱਕ ਦੋ ਆਉਂਦੀ ਰਹੀ ਹੈ, ਡੇਲੀ ਇੱਕ ਦੋ ਵੀਡੀਓ ਜਦੋਂ ਦਾ ਚੈਨਲ ਚੱਲੇਦਾ, ਠੀਕ ਹੈ ਜੀ। ਓਪਨ ਕੀਤੇ ਤਾਂ ਆਪਾਂ ਤੋਂ ਹੁਣ ਆ ਜਿਹੜੀ ਉਹ ਮੈਨੂੰ ਵੀ ਪਤਾ ਵੀ ਕਿਸਾਨਾਂ ਦਾ ਕਮੈਂਟ ਵੀ ਆਉਂਦਾ ਵੀ ਭਾਅ ਜੀ ਵੀਡੀਓ ਥੋੜ੍ਹੀ ਲੇਟ ਪਾਉਂਦੇ ਹੋ ਜਾਂ ਲੇਟ ਹੋ ਜਾਂਦੀ ਵੀਡੀਓ, ਕਾਫ਼ੀ ਕਿਆ ਚੱਕਰ ਆ, ਅਤੇ ਇਹਦੇ ਵੀ ਕੋਈ ਹੈਗਾ ਕਿਸਾਨ ਵੀਰੋ ਦੱਸਿਆ ਸੀ ਮੈਂ ਵੀ ਸਮੱਸਿਆ ਥੋੜ੍ਹੇ ਟਾਈਮ ਲਈ ਹੈਗੀ ਆ, ਘਰੋਂ ਬਾਹਰ ਚੱਲਦੇ ਪਏ ਹਾਂ ਆਪਾਂ ਅਤੇ ਵੀਡੀਓ ਨਹੀਂ ਬਣਾ ਪਾਉਂਦੇ ਜਿਹਦੇ ਕਾਰਨ, ਠੀਕ ਹੈ ਜੀ, ਟਾਈਮ ਨਹੀਂ ਮਿਲਦਾ। ਅਤੇ ਇਹਦਾ ਅੱਜ ਮੈਂ ਆਇਆ ਕਾਫ਼ੀ ਦਿਨਾਂ ਬਾਅਦ ਫਿਰ ਘਰ, ਅਤੇ ਸਵੇਰ ਸਵੇਰੇ ਖੇਤਾਂ ਖੂਤਾਂ ਵਾਲਾ ਗੇੜਾ ਮਾਰਿਆ ਅਤੇ ਮੈਂ ਹਾਂ ਸ਼ੂਟ ਕਰ ਲੈਂਦੇ ਹਾਂ ਵਲੋਗ, ਠੀਕ ਆ। ਅਤੇ ਬਾਕੀ ਪੁੱਜ ਗਿਆ ਹੁਣ ਆਪਾਂ ਟਰੈਕਟਰ ਦੇ ਨੇੜੇ, ਅਤੇ ਚੱਲੇ ਹਾਂ ਫਿਰ ਦੇਖਣੇ ਉੱਧਰ ਕਿੱਧਰ ਲੱਭਦੀਆਂ, ਸੜਕਾਂ ਲਾ ਪੇਦੀਆਂ ਕਿ ਜਾਂ ਘਰ ਹੀ ਪੇਦੀਆਂ, ਹੁਣ ਲੈ ਕੇ ਆਉਂਦੇ ਹਾਂ ਹਾਲਾਂ। ਸ਼ੀਲਡ ਖੁੱਲ੍ਹੀ ਸੀ ਉਹ ਦੋਨੇ ਪਾਸੋਂ, ਇੱਧਰ ਵਾਲੀ ਵੀ ਚੈੱਕ ਕਰ ਲਈਏ, ਇੱਧਰ ਵਾਲੀ ਠੀਕ ਆ ਮਿਲੀ ਦੀ ਆ। ਯਾ ਮਾਲਕਾ ਕਰੀ ਮੇਰ, ਮਿਲਦੇ ਹੁਣ ਫਿਰ ਹੱਲਾਂ ਲੈ ਆਉਂਦੇ ਹਾਂ, ਉੱਥੋਂ ਲੱਭਣੇ ਹਾਂ ਪਹਿਲੇ ਹੱਲਾਂ, ਦੇਖਦੇ ਹਾਂ ਕਿੱਥੇ ਜੀ ਆ, ਅਤੇ ਉਸ ਤੋਂ ਬਾਅਦ ਫਿਰ ਦੇਖਦੇ ਹਾਂ ਹਿਸਾਬ ਕਿਤਾਬ ਅਗਲਾ। ਬਾਕੀ ਇੱਧਰ ਨਾ ਇੱਧਰ ਪਾਣੀ ਛੱਡੇ ਦਾ ਕਿਸਾਨ ਵੀਰੋ, ਸਾਹਮਣੇ ਦੇਖ ਲਓ ਉਹ ਮੋਟਰ ਆਪਣੀ, ਉਹ ਵੀ ਸਾਹਮਣੇ ਉਹ ਜਿਹੜੀ ਆ ਅੰਬ ਵਾਲੀ, ਅਤੇ ਇੱਧਰ ਛੱਡੇ ਦਾ ਪਾਣੀ ਸਾਰੇ ਵੀ ਗਿੱਲੀ ਗੁੱਲੀ ਹੋ ਜਾਵੇ, ਪੈਲੀ ਥੋੜ੍ਹੀ ਸੁੱਕੀ ਆ, ਠੀਕ ਹੈ ਜੀ। ਬਾਅਦ 'ਚ ਵਧੀਆ ਰਹੇਗਾ ਕੰਮ, ਸੌਖਾ ਰਹਿੰਦਾ ਟਰੈਕਟਰ, ਅਤੇ ਬੱਤੀ ਆ ਗਈ ਦੀ ਉਹ ਵੀ ਸਮਰਸੀ ਵਾਲੀ ਆ, ਇੱਧਰ ਇੱਧਰ ਵੀ ਅੱਗੇ ਗੇੜਾ ਮਾਰ ਗਿਆ ਡੈਡੀ ਜੀ ਪਾਣੀ ਵੱਲ ਵੀ। ਅਤੇ ਉਸ ਤੋਂ ਬਾਅਦ ਆ ਜਾਓ ਇੱਧਰ ਆ ਜਿਹੜਾ ਸਾਹਮਣੇ ਇਹ ਥੱਲੇ, ਇਹ ਇੱਧਰ ਅਜੇ ਤੂੜੀ ਤਾੜੀ ਬਣ ਗਈ ਆ, ਵੱਢ ਨੂੰ ਰਹਿੰਦੀ ਆ ਥੋੜ੍ਹੀ ਅੱਗ ਉੱਗ ਲਾਉਣ ਵਾਲੀ, ਨਾ ਅੱਗ ਤਾਂ ਚਲੋ ਨਹੀਂ ਲਾਉਣੀ ਚਾਹੀਦੀ, ਇੱਦਾਂ ਹੀ ਬਾਹ ਬੂ ਦਿਆਂਗੇ ਇਹਨੂੰ ਵੇਚੀ ਜਾਂ